ਇੱਕ ਐਸਾ ਦਰਖਤ ਜੋ ਕਿ ਆਪਣੀ ਜੜ ਨਾਲੋਂ ਵੱਖ ਹੋ ਗਿਆ ਪਰ ਫੇਰ ਵੀ ਹਵਾ ਦੇ ਵਿੱਚ ਅੱਜ ਤੱਕ ਖੜਾ ਹੈ ਹਵਾ ਦੇ ਵਿੱਚ ਝੂਲਦਾ ਇਹ ਹਰਾ ਭਰਾ ਦਰਖਤ ਜਿਸ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਆਉਂਦੇ ਨੇ ਲੋਕ ਲੋਕਾਂ ਦਾ ਮੰਨਣਾ ਹੈ ਕਿ ਇਹ ਦਰਖਤ ਹੈ ਚਮਤਕਾਰੀ ਅਤੇ ਇਹ ਹੈ ਹਨੂਮਾਨ ਜੀ ਦੀ ਕਿਰਪਾ ਇਸ ਦਰਖਤ ਨੂੰ ਦੇਖਣ ਵਾਲਿਆਂ ਦੀਆਂ ਦੂਰੋਂ ਦੂਰੋਂ ਲੱਗ ਜਾਂਦੀਆਂ ਨੇ ਲੈਣਾ ਇਹਨਾਂ ਲੋਕਾਂ ਦਾ ਹੈ ਮੰਨਣਾ ਕਿ ਪੂਰੇ ਭਾਰਤ ਦੇ ਵਿੱਚ ਇਹ ਇੱਕੋ ਇੱਕ ਦਰਖਤ ਹੈ ਜਿਹੜਾ ਕਿ ਆਪਣੀ ਜੜ ਤੋਂ ਵੱਖ ਹੋਣ ਤੋਂ ਬਾਅਦ ਵੀ ਹਵਾ ਦੇ ਵਿੱਚ ਝੂਲ ਰਿਹਾ ਹੈ ਕੀ ਰਾਜ ਹੈ ਇਸ ਦਰਖਤ ਦਾ ਹਵਾ ਦੇ ਵਿੱਚ ਝੂਲਣ ਦਾ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਕਿ ਆਖਰ ਕਿੰਨੇ ਸਾਲ ਤੋਂ ਇਹ ਦਰਖਤ ਹਵਾ ਦੇ ਵਿੱਚ ਝੂਲ ਰਿਹਾ ਹੈ ਅਤੇ ਇਸ ਦਾ ਹਵਾ ਦੇ ਵਿੱਚ ਝੂਲਣ ਦਾ ਪੂਰਾ ਕਾਰਨ ਹੈ ਕਿ ਹਵਾ 'ਚ ਝੂਲਦੇ ਬਹੁਤ ਸਾਰੇ ਝੂਲੇ ਤਾਂ ਦੇਖੇ ਹੋਣਗੇ ਪਰ ਇੱਕ ਦਰਖਤ ਹੈ ਜੋ ਬਿਲਕੁਲ ਆਪਣੀ ਜੜ ਤੋਂ ਵੱਖ ਹੋ ਗਿਆ ਪਰ ਹਵਾ ਦੇ ਵਿੱਚ ਹੀ ਝੂਲ ਰਿਹਾ ਕੈਮਰਾਮੈਨ ਸਾਹਿਬ ਇੱਕ ਵਾਰੀ ਦਿਖਾ ਦਿਓ ਕਿ ਜਿਹੜਾ ਇਹ ਦਰਖਤ ਹੈ ਬਿਲਕੁਲ ਆਪਣੀ ਜੜ ਤੋਂ ਵੱਖ ਹੋ ਚੁੱਕਿਆ ਥੱਲੇ ਤੁਸੀਂ ਦੇਖ ਰਹੇ ਹੋ ਕਿ ਜੜਾ ਥੱਲੇ ਥੱਲੇ ਜਿਹੜੀ ਜੜ ਤੁਸਾਂ ਤੁਹਾਨੂੰ ਦਿਖਾਈ ਦੇ ਰਹੀ ਹੈ ਥੋੜਾ ਡੂੰਘਾ ਦਿਖਾ ਦਿਓ ਕੈਮਰਾਮੈਨ ਸਾਹਿਬ ਕਿ ਇਹ ਦਰਖਤ ਹੈ ਬਰੋਟੇ ਦਾ ਦਰਖਤ ਹੈ ਅਗਰ ਮੈਂ ਪੰਜਾਬੀ 'ਚ ਗੱਲ ਕਰਾਂ ਤੇ ਇਹ ਹੈਗਾ ਦਰਖਤ ਬਰੋਟੇ ਦਾ ਤੇ ਇਥੋਂ ਇਹਦੀ ਜੜ ਟੁੱਟੀ ਤੁਸੀਂ ਦੇਖ ਰਹੇ ਹੋ ਕਿ ਇਥੋਂ ਇਹ ਜੜ ਹੈ ਜਿਹੜੀ ਬਿਲਕੁਲ ਸੁੱਕੀ ਪਈ ਹੈ ਪਰ ਐਸਾ ਚਮਤਕਾਰ ਹੋਇਆ ਕਿ ਉੱਪਰ ਜਾ ਕੇ ਇਹ ਦਰਖਤ ਹਰਾ ਭਰਾ ਹੋ ਗਿਆ ਹਰਾ ਭਰਾ ਕਿਸ ਤਰ੍ਹਾਂ ਹੋਇਆ ਕੈਮਰਾਮੈਨ ਸਾਹਿਬ ਇਥੋਂ ਦਿਖਾਉਣਾ ਸ਼ੁਰੂ ਕਰੋ ਇਥੋਂ ਗਿਆ ਦਰਖਤ ਇਹ ਤੇ ਥੱਲੇ ਦਾ ਥੋੜਾ ਦੇਖ ਰਹੇ ਕਿਵੇਂ ਸੁੱਕਿਆ ਪਿਆ ਤੇ ਉੱਪਰ ਗਿਆ ਉੱਪਰ ਜਾਂਦੇ ਜਾਂਦੇ ਇਹਦੇ ਪੱਤੇ ਫੇਰ ਹਰੇ ਹੋਣ ਲੱਗ ਗਏ ਤਾਂ ਦੋਸਤੋ ਹੁਣ ਇੱਥੇ ਦੇ ਕੁਝ ਲੋਕ ਜੁੜੇ ਨੇ ਆਪਣੇ ਨਾਲ ਪੁੱਛਦਿਆਂ ਕਿ ਆਖਰੇ ਜਿਹੜਾ ਦਰਖਤ ਹੈ ਚਰਚਾ ਦਾ ਵਿਸ਼ਾ ਬਣਿਆ ਹੋਇਆ ਏਰੀਆ ਦੇ ਵਿੱਚ ਕਦੋਂ ਤੋਂ ਇਹ ਹਵਾ ਦੇ ਝੂਲ ਰਿਹਾ ਕੀ ਨਾਮ ਹੈ ਤੁਹਾਡਾ ਕੁਲਵੁਸ਼ਨ ਸਿੰਘਲਾ ਕਿੱਥੇ ਦੇ ਰਹਿਣ ਵਾਲੇ ਹੋ ਹਾਂ ਸੀਗੇ ਰਹਿਣ ਵਾਲਾ ਹੂੰ ਜੀ ਪੜਸੀ ਗੇਟ ਕਿ ਰਹਿਣੇ ਵਾਲਾ ਹੂੰ ਸਭ ਤੋਂ ਪਹਿਲਾਂ ਇਹ ਕਿਹੜੀ ਜਗ੍ਹਾ ਕਿੱਥੇ ਆਪਾਂ ਖੜੇ ਆ ਇਹਦਾ ਐਡਰੈਸ ਕੀ ਆ ਇਹ ਸਮਾਤਾ ਮੰਦਿਰ ਹੈ ਜੀ ਅਨੁਮਾਨ ਜੀ ਦਾ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਮੇਰੇ ਦਾਦਾ ਜੀ 1980 एक्सपायर हुए थे उससे भी पहले ये मंदिर यानी कि मेरे दादाजी खुद आया करते यहाँ मंदिर में दर्शन करने के लिए यहाँ पानी है या पानी में स्नान किया करते पूजा पाठ किया करते बहुत पुराना मंदिर है जी बहुत मान्यता है इस मंदिर की सभी मनोकामना सच्चे दिल से जो कोई आता है उसकी सभी मनोकामना पूर्ण होती है और दो ये अब ये जो आप वृक्ष देख रहे हो ये बगैर नींव से हाँ, जड़ जड़ से अलग हुआ हुआ है और पूरा हरा भरा है और इसके चारों तरफ ये देखो आप धागे बांधे हुए हैं हाँ। सभी मनोकामना यहाँ पे पूरी होती है हनुमान जी का बहुत बढ़िया बहुत बड़ा मंदिर है जी और बहुत मान्यता है इस मंदिर की बहुत लोग दूर दूर से आते हैं। तो लो है ये नु लगा लो जी कोरोना काल से पहले थोड़े से पहले हाँ तीन एक साल हो गए जी हाँ। उस टाइम से ये जड़ से है अलग से हुआ हुआ है और हरा भरा पेड़ है देखो आप देखे ने कोई भी सुख गया हो एक दुबारे हरा हुआ है बिल्कुल हरा भरा ऐसे ही है जी ਐਸੀ ਹੈ ਹਾਂ ਉਹ ਸਭੀ ਯਾਨੀ ਕਿ ਲੋਗ ਆਤੇ ਹਨ ਬਹੁਤ ਮਨ ਯਾਨੀ ਕਿ ਮੰਨਤ ਮੰਗਤੇ ਹਨ ਔਰ ਮੰਨਤ ਪੂਰੀ ਹੁੰਦੀ ਹੈ ਔਰੇ ਸੁਖਾ ਸੁਖੇ ਜਾਂਦੇ ਨੇ ਲੋਗਾ ਬਹੁਤ ਖੂਬ ਪੂਰੀਆਂ ਹੁੰਦੀਆਂ ਨੇ ਲੋਕਾਂ ਦੀ ਸਭੀ ਮਨੋ ਕਾਮਨਾ ਪੂਰਨ ਹੁੰਦੀ ਹੈ ਜੀ ਇਹ ਕਿਹੜੀਆਂ ਔਰੇ ਖੰਮਣੀਆਂ ਬੰਨੀਆਂ ਨੇ ਇਹ ਸੁਖ ਸੁਖਦੇ ਨੇ ਖੰਮਣੀਆਂ ਬੰਨਾਂ ਹਾਂਜੀ 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 ਠੀਕ ਹੈ ਧੰਨਵਾਦ ਗੱਲਬਾਤ ਕਰਨ ਵਾਸਤੇ ਤਾਂ ਦੋਸਤੋ ਤੁਸੀਂ ਨੇ ਦੇਖਿਆ ਬਾਈ ਹੋਰੀ ਕਹਿੰਦੇ ਵੀ ਤਿੰਨ ਸਾਲ ਤੋਂ ਜਿਹੜਾ ਇਹ ਦਰਖਤ ਹੈ ਪੂਰੀ ਤਰ੍ਹਾਂ ਜਿਹੜਾ ਹੈਗਾ ਵੱਖ ਹੋ ਗਿਆ ਜੜ ਨਾਲੋਂ ਤੁਸੀਂ ਵੀ ਦੇਖ ਰਹੇ ਹੋ ਸਾਹਮਣੇ ਆਪ ਦੇਖ ਕੇ ਪੂਰੀ ਤਰ੍ਹਾਂ ਇਹ ਜੜ ਤੋਂ ਵੱਖ ਹੋ ਗਿਆ ਲੋਕ ਉਰੇ ਆਉਂਦੇ ਨੇ ਸੁਖ ਸੁਖਦੇ ਨੇ ਕਿਵੇਂ ਤੁਸੀਂ ਦੇਖ ਰਹੇ ਹੋ ਪੈਸੇ ਚੜੇ ਹੋਏ ਨੇ ਖੰਮਣੀਆਂ ਬੰਨੀਆਂ ਹੋਈਆਂ ਨੇ ਲੋਕਾਂ ਦੀ ਇਹ ਮੰਨਤਾ ਕਹਿੰਦੇ ਓਰੇ ਹਨੂਮਾਨ ਜੀ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਸਦਕਾ ਹੀ ਇਹ ਜਿਹੜਾ ਹੈਗਾ ਚਮਤਕਾਰ ਹੋਇਆ ਹੁਣ ਜਿਹੜਾ ਕੋਈ ਮੰਨਦਾ ਕਹਿੰਦੇ ਮੰਨੋ ਤੋ ਗੰਗਾ ਨਾ ਮੰਨੋ ਤੋ ਵਹਿਤਾ ਪਾਣੀ ਸਭ ਆਪਣਾ ਆਪਣਾ ਨਜ਼ਰੀਆ ਹੁੰਦਾ ਦੇਖਣ ਦਾ ਹੈ ਨਾ ਪਰ ਲੋਕਾਂ ਦੀ ਮੰਨਤਾ ਬਹੁਤ ਹੈ ਇਸ ਜਗ੍ਹਾ ਦੇ ਵਿੱਚ ਆਹ ਦੋਸਤੋ ਤੁਸੀਂ ਨੇ ਦੇਖਿਆ ਕਿ ਇਹ ਦਰਖਤ ਕਿਸ ਤਰ੍ਹਾਂ ਹਵਾ ਦੇ ਵਿੱਚ ਝੂਲਦਾ ਹੈ ਅਤੇ ਕਿਸ ਤਰ੍ਹਾਂ ਇਸ ਦਰਖਤ ਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਜਿਹੜੇ ਲੋਕ ਨੇ ਆਉਂਦੇ ਨੇ ਅਤੇ ਦੋਸਤੋ ਇੱਕ ਖਾਸ ਗੱਲ ਹੋਰ ਇਸ ਦਰਖਤ ਦੀ ਪੂਜਾ ਕਰੀ ਜਾਂਦੀ ਹੈ ਲੋਕਾਂ ਦਾ ਮੰਨਣਾ ਹੈ ਕਿ ਇਸ ਦਰਖਤ ਦੇ ਉੱਪਰ ਹਨੂਮਾਨ ਜੀ ਦੀ ਕਿਰਪਾ ਹੈ ਲੋਕ ਖੰਮਣੀਆਂ ਬੰਨਦੇ ਨੇ ਪੈਸਿਆਂ ਦਾ ਮੱਥਾ ਟੇਕਦੇ ਨੇ ਅਤੇ ਇੱਥੇ ਆਖਦੇ ਨੇ ਕਿ ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਮੱਥਾ ਟੇਕ ਰਹੇ ਨੇ ਇੱਥੇ ਆਪਣੀ ਸੁੱਖ ਸੁਖ ਰਹੇ ਨੇ ਆਫ ਕੈਮਰਾ ਵੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੁੱਖੀ ਹੋਈ ਹਰ ਸੁੱਖ ਪੂਰੀ ਹੋ ਜਾਂਦੀ ਹੈ ਬਾਕੀ ਦੋਸਤੋ ਜਿਵੇਂ ਮੈਂ ਕਿਹਾ ਕਿ ਕੋਈ ਇਹਨਾਂ ਚੀਜ਼ਾਂ ਨੂੰ ਮੰਨਦਾ ਹੈ ਕੋਈ ਨਹੀਂ ਮੰਨਦਾ ਸਭ ਦਾ ਆਪੋ ਆਪਣਾ ਵਿਸ਼ਵਾਸ ਹੈ ਦੋਸਤੋ ਇਹ ਲੋਕੇਸ਼ਨ ਹੈ ਜਿਹੜੀ ਹਰਿਆਣੇ ਚ ਪਈ ਜਾਂਦੀ ਹੈ ਹਰਿਆਣੇ ਦਾ ਹਾਸੀਆ हिसार ਦੇ ਕੋਲ ਹਾਸੀ ਦੇ ਵਿੱਚ ਇਹ ਮੰਦਰ ਬਣਿਆ ਹੋਇਆ ਹੈ ਸਮਾਦਾ ਵੀ ਕਹਿ ਦਿੰਦੇ ਨੇ ਅਤੇ ਇਥੋਂ ਕਿਸੇ ਤੋਂ ਵੀ ਪੁੱਛ ਲੋ ਕਿ ਉਸ ਦਰਖਤ ਕੋਲ ਜਾਣਾ ਹੈ ਜਿਹੜਾ ਕਿ ਹਵਾ ਦੇ ਵਿੱਚ ਝੂਲਦਾ ਹੈ ਲੋਕ ਆਪਣੇ ਆਪ ਦੱਸ ਦੇਣਗੇ